or expensive. But you're a five. I'm trying to. I bet you're thinking where to travel next. But it's too expensive. Imagine a round trip. 27 ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ। ਰੀਲ ਬਣਾਉਂਦੇ ਸਮੇਂ ਦਰਦਨਾਕ ਭਾਣਾ ਵਾਪਰ ਗਿਆ। ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ। 400 ਫੁੱਟ ਹੇਠਾਂ ਗਹਿਰਾਈ 'ਚ ਜਾ ਕੇ ਡਿੱਗੀ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਹੋਈ। ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ 7 ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ, ਮਸ਼ਹੂਰ ਕੁੰਭੇ ਝਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ। ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਝਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਹ ਲੜਕੀ ਮੁੰਬਈ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਰਡ ਅਕਾਊਂਟੈਂਟ ਵੀ ਸੀ, ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ। ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ। ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟਰੈਵਲ ਕਰਦੀ ਸੀ, ਝਰਨੇ ਤੇ ਇਸਦਾ ਪੈਰ ਤਿਲਕ ਗਿਆ ਤੇ ਦਰਦਨਾਕ ਭਾਣਾ ਵਾਪਰ ਗਿਆ। ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ, ਨਾਮੀ ਚਿਹਰਾ ਬਣੀ, ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ, ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ ਲਾਸ਼ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ। 27 ਸਾਲ ਦੀ ਇਹ ਸੋਸ਼ਲ ਮੀਡੀਆ ਟਰੈਵਲ ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਘੁੰਮਣ ਗਏ ਸੀ ਪਹਾੜਾਂ ਤੇ, ਉੱਥੇ ਲਗਾਤਾਰ ਮੀਂਹ ਪੈ ਰਿਹਾ ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਝਰਨੇ ਤੋਂ ਪੈਰ ਤਿਲਕ ਗਿਆ। 400 ਫੁੱਟ ਹੇਠਾਂ ਆ ਕੇ ਪੱਥਰ ਦੇ ਨਾਲ ਇਸਦਾ ਸਿਰ ਵੱਜਿਆ। ਮੌਕੇ 'ਤੇ ਹੀ ਇਸ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋ ਗਈ। CAC ਮੁੰਬਈ ਦੀ ਰਹਿਣ ਵਾਲੀ ਸੀ, ਆਪਣੇ 7 ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ ਜਿੱਥੇ ਇਹ ਦਰਦਨਾਕ ਭਾਣਾ ਵਾਪਰ ਗਿਆ। ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ, ਮਸ਼ਹੂਰ ਹੋਈ, ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ। ਸਤਾਈ ਸਾਲਾ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋਈ ਹੈ। ਰੀਲ ਬਣਾਉਂਦੇ ਸਮੇਂ ਦਰਦਨਾਕ ਭਾਣਾ ਵਾਪਰ ਗਿਆ। ਵਰਦੇ ਮੀਂਹ ਦੇ ਵਿੱਚ ਇੱਕ ਝਰਨੇ ਤੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਪੈਰ ਤਿਲਕ ਗਿਆ। 400 ਫੁੱਟ ਹੇਠਾਂ ਗਹਿਰਾਈ 'ਚ ਜਾ ਕੇ ਡਿੱਗੀ। ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਇਹ ਘਟਨਾ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਹੋਈ। ਰੀਲ ਬਣਾਉਂਦੇ ਸਮੇਂ ਇਹ ਦਰਦਨਾਕ ਭਾਣਾ ਵਾਪਰ ਗਿਆ। 27 ਸਾਲ ਦੀ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਆਪਣੇ 7 ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ, ਮਸ਼ਹੂਰ ਕੁੰਭੇ ਝਰਨੇ ਦੇ ਕੋਲ ਜਾ ਕੇ ਰੀਲ ਬਣਾਉਣ ਲੱਗੀ ਤਾਂ ਪੈਰ ਫਿਸਲ ਗਿਆ। ਪ੍ਰਸ਼ਾਸਨ ਅਤੇ ਬਚਾਅ ਕਾਰਜ ਟੀਮਾਂ ਦੇ ਵੱਲੋਂ ਇਸ ਲੜਕੀ ਦੀ ਲਾਸ਼ ਨੂੰ ਝਰਨੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਹ ਲੜਕੀ ਮੁੰਬਈ ਦੀ ਰਹਿਣ ਵਾਲੀ ਹੈ ਜੋ ਕਿ ਚਾਰਟਰਡ ਅਕਾਊਂਟੈਂਟ ਵੀ ਸੀ, ਰੀਲਾਂ ਬਣਾਉਣ ਦਾ ਸ਼ੌਂਕ ਰੱਖਦੀ ਸੀ। ਉਸੇ ਹੀ ਸ਼ੌਂਕ ਨੇ ਇਸ ਲੜਕੀ ਦੀ ਜਾਨ ਲੈ ਲਈ। ਸੋਸ਼ਲ ਮੀਡੀਆ ਇਨਫਲੂਐਂਸਰ ਜੋ ਕਿ ਟਰੈਵਲ ਕਰਦੀ ਸੀ, ਝਰਨੇ 'ਤੇ ਇਸਦਾ ਪੈਰ ਤਿਲਕ ਗਿਆ ਤੇ ਦਰਦਨਾਕ ਭਾਣਾ ਵਾਪਰ ਗਿਆ। ਦੱਸਦੀ ਹੈ ਕਿ ਜਿਹੜੀਆਂ ਰੀਲਾਂ ਦੇ ਨਾਲ ਇਹ ਮਸ਼ਹੂਰ ਹੋਈ, ਨਾਮੀ ਚਿਹਰਾ ਬਣੀ, ਉਸ ਰੀਲ ਨੇ ਹੀ ਇਸ ਲੜਕੀ ਦੀ ਜਾਨ ਲੈ ਲਈ, ਜਿਸ ਤੋਂ ਬਾਅਦ ਸਥਾਨਕ ਬਚਾਅ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਇਸ ਲੜਕੀ ਦੀ ਲਾਸ਼ ਨੂੰ ਗਹਿਰਾਈ ਤੇ ਜਾ ਕੇ ਲੱਭਿਆ ਗਿਆ ਤੇ ਬਾਹਰ ਕੱਢਿਆ ਗਿਆ। 27 ਸਾਲ ਦੀ ਇਹ ਸੋਸ਼ਲ ਮੀਡੀਆ ਟਰੈਵਲ ਇਨਫਲੂਐਂਸਰ ਸੀ ਜਿਸ ਦੀ ਦਰਦਨਾਕ ਮੌਤ ਹੋਈ ਹੈ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਵਿੱਚ ਘੁੰਮਣ ਗਏ ਸੀ ਪਹਾੜਾਂ ਤੇ, ਉੱਥੇ ਲਗਾਤਾਰ ਮੀਂਹ ਪੈ ਰਿਹਾ
ਤਾਂ ਵਰਦੇ ਮੀਂਹ ਦੇ ਵਿੱਚ ਇਹ ਲੜਕੀ ਰੀਲ ਬਣਾਉਣ ਲੱਗੀ ਤਾਂ ਅਚਾਨਕ ਝਰਨੇ ਤੋਂ ਪੈਰ ਤਿਲਕ ਗਿਆ। 400 ਫੁੱਟ ਹੇਠਾਂ ਆ ਕੇ ਪੱਥਰ ਦੇ ਨਾਲ ਇਸ ਦਾ ਸਿਰ ਵੱਜਿਆ। ਮੌਕੇ 'ਤੇ ਹੀ ਇਸ ਸੋਸ਼ਲ ਮੀਡੀਆ ਸਟਾਰ ਦੀ ਦਰਦਨਾਕ ਮੌਤ ਹੋ ਗਈ। CAC ਮੋਈ ਦੀ ਰਹਿਣ ਵਾਲੀ ਸੀ, ਆਪਣੇ 7 ਦੋਸਤਾਂ ਦੇ ਨਾਲ ਪਹਾੜਾਂ ਦੇ ਵਿੱਚ ਘੁੰਮਣ ਗਈ ਸੀ, ਜਿੱਥੇ ਇਹ ਦਰਦਨਾਕ ਭਾਣਾ ਵਾਪਰ ਗਿਆ। ਜਿਹੜੀਆਂ ਰੀਲਾਂ ਦੇ ਕਰਕੇ ਇਹ ਨਾਮੀ ਚਿਹਰਾ ਬਣੀ, ਮਸ਼ਹੂਰ ਹੋਈ, ਉਸੇ ਹੀ ਰੀਲ ਨੇ ਇਸ ਲੜਕੀ ਦੀ ਜਾਨ ਲੈ ਲਈ।